ਅਨਾਜ ਮੰਡੀਆਂ ਨਾ ਜੀ, ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡੀਸੀ ਮਾਨਯੋਗ ਡੀਸੀ ਮੈਡਮ ਦੀਆਂ ਹਦਾਇਤਾਂ ਅਨੁਸਾਰ ਅਸੀਂ ਮੰਡੀਆਂ 'ਚ ਜਾ ਰਹੇ ਹਾਂ ਵੀ ਤਾਂ ਕਿ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਆਵੇ। ਅਤੇ ਹੁਣ ਵੈਸੇ ਕੰਮ ਸਮੂਹ ਦਾ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਿਆ, ਅਤੇ ਸ਼ੁਰੂ ਸ਼ੁਰੂ 'ਚ ਥੋੜ੍ਹੀ ਜਿਹੀ ਮੋਇਸਚਰ ਦੀ ਪ੍ਰੋਬਲਮ ਆਈ ਸੀ, ਹੁਣ ਕੋਈ ਪ੍ਰੋਬਲਮ ਨਹੀਂ ਹੈ, ਸਭ ਕਿਸਾਨਾਂ ਦਾ ਮਾਲ ਵੀ ਸੁੱਕਾ ਆ ਰਿਹਾ ਅਤੇ ਖਰੀਦ ਵੀ ਪ੍ਰੋਪਰ ਹੋ ਰਹੀ ਆ। ਇਹੀ ਹੈ ਜੀ, ਸਭ ਕਿਸਾਨਾਂ ਨੂੰ ਤਾਂ ਇਹੀ ਆ ਵੀ ਆਪਣਾ ਸੁੱਕਾ ਮਾਲ ਲੈ ਕੇ ਆਉਣ, ਆਪਣਾ ਤੁਹਾਡਾ ਜਲਦੀ ਵਿਕੂਗਾ ਮੰਡੀਆਂ ਦੇ ਵਿੱਚ, ਜਲਦੀ ਤੁਸੀਂ ਵਿਹਲੇ ਹੋਵੋਗੇ। ਕੁਛ ਨਾ ਆ ਰਿਹਾ ਸੀ ਸ਼ੁਰੂ ਸ਼ੁਰੂ 'ਚ, ਸੀਗੀ ਪ੍ਰੋਬਲਮ ਥੋੜ੍ਹੀ ਜਿਹੀ ਮੋਇਸਚਰ ਦੀ, ਥੋੜ੍ਹਾ ਜਿਹਾ ਮੌਸਮ ਕਰਕੇ ਹੀ ਸੀਗਾ। ਵੈਸੇ ਤਾਂ ਮਤਲਬ ਕੋਈ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ, ਮੋਇਸਚਰ ਮੌਸਮ ਕਰਕੇ ਕੋਈ ਕਿਸਾਨਾਂ ਮਜ਼ਬੂਰੀ ਨਾਲ ਲੈ ਆਉਂਦੇ ਸੀ। ਚਲੋ ਸੁੱਕ ਗਿਆ ਮਾਲ, ਹੁਣ ਤਾਂ ਲਗਭਗ 2 ਦਿਨਾਂ ਤੋਂ ਬਿਲਕੁਲ ਸੁੱਕਾ ਮਾਲ ਹੀ ਆ ਰਿਹਾ। ਮੰਡੀਆਂ ਦਾ ਰੈਗੂਲਰਲੀ ਦੌਰਾ ਕਰ ਰਹੇ ਹਾਂ। ਵੈਸੇ ਅੱਜ ਆਰ ਡੀ ਸੀ ਸਾਹਿਬ ਨੇ ਜਿਹੜੇ ਉਹਨਾਂ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਇਸ ਏਰੀਆ 'ਚ ਮਹਿਲਕਲ ਏਰੀਏ ਦੇ ਮੰਡੀਆਂ ਦਾ ਅਸੀਂ ਦੌਰਾ ਕਰਾਂਗੇ ਸਾਰੀਆਂ। ਨਹੀਂ, ਲੇਬਰ ਦੀ ਘਾਟ ਅਤੇ ਜੋ ਲਿਫਟਿੰਗ ਦਾ ਥੋੜ੍ਹਾ ਇਸ਼ੂ ਸੀਗਾ ਸ਼ੁਰੂ 'ਚ, ਉਹ ਰਿਜ਼ੋਲਵ ਕਰ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਉਹਨਾਂ ਵੱਲੋਂ ਆਪਣੇ ਲੈਵਲ 'ਤੇ ਆਪਣਾ ਕਰਕੇ ਅਰੇਂਜਮੈਂਟ, ਮਤਲਬ ਹੁਣ ਪੂਰਾ ਕੰਮ ਸਮੂਥ ਚੱਲ ਰਿਹਾ। 3-4 ਦਿਨਾਂ ਤੋਂ ਲਿਫਟਿੰਗ ਪੂਰੀ ਵਧੀਆ ਚੱਲ ਰਹੀ ਆ, ਜਿੰਨੀ ਚਾਹੀਦੀ ਆ ਉਸ ਤੋਂ ਵੱਧ ਹੀ ਚੱਲ ਰਹੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕੀਟ ਕਮੇਟੀ ਮਹਿਲਾ ਕਲਾਂ ਵੱਲੋਂ ਖਰੀਦ ਦੇ ਪ੍ਰਬੰਧ ਸਾਰੇ ਮੁਕੰਮਲ ਕਰਾ ਲਏ ਗਏ ਨੇ। ਕਿਸਾਨਾਂ ਨੂੰ ਬੇਨਤੀ ਹੈ ਵੀ ਸੁੱਕਾ ਅਨਾਜ ਮੰਡੀਆਂ 'ਚ ਲੈ ਕੇ ਆਉਣ ਤਾਂ ਜੋ ਜਲਦੀ ਤੋਂ ਜਲਦੀ ਬੋਲੀ ਕਰਾ ਕੇ ਲਿਫਟਿੰਗ ਕਰਾਈ ਜਾ ਸਕੇ। ਪ੍ਰਬੰਧ ਸਾਰੇ ਮੁਕੰਮਲ ਨੇ ਜੀ, ਛਾਂ ਦੇ ਸਾਰੇ ਪ੍ਰਬੰਧ ਮੁਕੰਮਲ। ਆੜ੍ਹਤੀਆਂ ਮਜ਼ਦੂਰਾਂ ਨੂੰ ਸਾਡੇ ਵੱਲੋਂ ਜੀ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਊਗੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰਾ ਕੰਮ ਕੀਤਾ ਜਾਊਗਾ ਅਤੇ ਕਿਸਾਨਾਂ ਨੂੰ ਬੇਨਤੀ ਹੈ ਵੀ ਸੁੱਕੀ ਜਿਣਸ ਜਿਹੜੀ ਸੁੱਕੀ ਕਣਕ ਮੰਡੀਆਂ 'ਚ ਲੈ ਕੇ ਆਉਣ ਤਾਂ ਕਿ ਜਿਹੜੀ ਬੋਲੀ ਨਾਲ ਦੀ ਨਾਲ ਕਰਵਾਈ ਜਾ ਸਕੇ। 30,000 MT ਦੀ ਖਰੀਦ ਹੋ ਚੁੱਕੀ ਹੈ ਜੀ। ਤਾਂ ਸਬ ਮਾਰਕ ਫੈੱਡ ਵੱਖ ਵੱਖ ਮੰਡੀਆਂ 'ਚ ਵੇਅਰ ਹਾਊਸ ਸਾਰੀਆਂ ਏਜੰਸੀਆਂ ਹੈਗੀਆਂ। ਕਿਸਾਨਾਂ ਨੂੰ ਬੇਨਤੀ ਹੈ ਜੀ ਵੀ ਜਿਹੜੀ ਫਸਲ ਲੈ ਕੇ ਆਉਣੀ ਉਹ ਸੁੱਕੀ ਲੈ ਕੇ ਆਉਣ ਤਾਂ ਕਿ ਮੰਡੀ ਜਾ ਕੇ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ 12 ਮੋਇਸਚਰ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਅਤੇ 12 ਮੋਇਸਚਰ ਵਾਲੀ ਬੋਲੀ ਨਾਲ ਦੀ ਨਾਲ ਲਗਾ ਕੇ ਕਿਸਾਨ ਨੂੰ ਫ੍ਰੀ ਕਰ ਦਿੱਤਾ ਜਾਵੇ। ਮਾਲ ਦੇ ਪ੍ਰਬੰਧ ਠੀਕ ਹੈ, ਵਧੀਆ ਚੱਲ ਰਿਹਾ ਅਤੇ ਮਾਲ 2-3 ਦਿਨ ਦੀ ਅਰਾਈਵਲ ਸਾਰੀ ਆ ਗਈ। ਪਹਿਲਾਂ ਮੌਸਮ ਖਰਾਬ ਰਿਹਾ, ਇੱਥੇ ਕਰਕੇ ਪਹਿਲਾਂ ਮੋਇਸਚਰ ਆ ਰਿਹਾ ਸੀਗਾ, ਹੁਣ 2 ਦਿਨ ਦਾ ਮੋਇਸਚਰ ਵੀ ਠੀਕ ਹੋ ਗਿਆ। ਲੱਗਦੇ 5-7 ਦਿਨ 'ਚ ਸਾਰਾ ਮੰਡੀ ਦਾ ਸਮਾਪਤੀ ਹੋ ਗਈ, ਠੀਕ ਵਧੀਆ ਚੱਲ ਰਿਹਾ। ਸੁੱਕੀ ਆ ਰਹੀ, ਪਹਿਲਾਂ ਤਾਂ ਮੌਸਮ ਦੀ ਖਰਾਬੀ ਕਰਕੇ ਗਿੱਲਾ ਰਹੀ ਸੀ, 13-14% ਮੋਇਸਚਰ ਆ ਰਿਹਾ ਸੀ। ਇਹ ਮਾਲ ਆ ਗਿਆ ਇਸ ਟਾਈਮ ਮੰਡੀ 'ਚ 80% ਮਾਲ ਆ ਗਿਆ, 20% ਮਾਲ ਆ ਗਿਆ, 2 ਦਿਨ ਸਾਰੀ ਕਟਾਈ ਹੋ ਗਈ। ਹਾਂ ਠੀਕ ਆ, ਉਹਨਾਂ ਨੇ ਚੈੱਕ ਕੀਤਾ ਸਾਰਾ ਮੋਇਸਚਰ ਵੀ ਚੈੱਕ ਕੀਤਾ ਅਤੇ ਲਿਫਟਿੰਗ ਦਾ ਦੇਖਿਆ ਵੀ ਲਿਫਟਿੰਗ ਠੀਕ ਚੱਲ ਰਹੀ ਹੈ।